ਜੋ 3 ਸਾਲ ਪਹਿਲਾਂ 15 ਦਸੰਬਰ 2020 ਵਿੱਚ ਸਰੀਚ ਇੱਕ ਪੰਜਾਬਣ ਔਰਤ ਹਾਦਸੇ ਦੀ ਸ਼ਿਕਾਰ ਹੋ ਗਈ ਸੀ ਤੇ ਉਸ ਦੀ ਜਾਨ ਚਲੀ ਗਈ ਸੀ ਜੋ ਆਪਣੀਆਂ ਜੁੜਵਾ ਬੱਚੀਆਂ ਦੇ ਨਾਲ 144 ਸਟਰੀਟ ਤੇ 61 A ਐਵੇਨਿਊ ਦੇ ਉੱਤੇ ਤੁਰੇ ਜਾ ਰਹੀ ਸੀ ਕਿ ਇੱਕ ਕਾਰਗੋ ਵੈਨ ਨੇ ਆ ਕੇ ਟੱਕਰ ਮਾਰ ਦਿੱਤੀ ਸੀ ਉਸ ਦੇ ਨਾਲ 48 ਸਾਲਾ ਪਰਮਜੀਤ ਨਾਮਕ ਔਰਤ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ ਤੇ ਉਸ ਨੇ ਆਪਣੀਆਂ ਬੱਚੀਆਂ ਦੀ ਜਾਨ ਉਹਨਾਂ ਨੂੰ ਧੱਕਾ ਮਾਰ ਕੇ ਬਚਾਈ ਸੀ ਤੇ ਹੁਣ 3 ਸਾਲ ਬਾਅਦ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ 25 ਸਾਲਾ ਜੀਓ ਕੁਰੀਆਨ ਦੇਉਤੇ ਮਾਮਲਾ ਦਰਜ ਕਰ ਦਿੱਤਾ ਹੈ ਜਿਸ ਦੇ ਉਤੇ ਵੱਖ-ਵੱਖ ਤਰ੍ਹਾਂਾਂ ਤਹਿਤ ਕੇਸ ਦਰਜ ਕੀਤੇ ਗਏ ਨੇ ਜਿਸ ਵਿੱਚ ਪੁਲਿਸ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਲਈ ਇਹ ਘਟਨਾ ਕਾਫੀ ਵੱਡਾ ਘਾਟਾ ਹੈ ਤੇ ਉਹਨਾਂ ਦੀ ਟੀਮ ਸਬੂਤ ਇਕੱਠੇ ਕਰ ਰਹੀ ਹੈ ਕਿ ਅਦਾਲਤ ਵਿੱਚ ਰੋਪੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇ ਇਸ ਦੇ ਨਾਲ ਹੀ ਪਿਛਲੇ ਸਾਲ ਪੀੜਤ ਪਰਿਵਾਰ ਨੇ ਕਿਹਾ ਸੀ ਕਿ ਉਹ Amazon ਨੂੰ ਤੇ ਵੈਨ ਵਾਲੀ ਲੋਕਲ ਕੰਪਨੀ ਨੂੰ ਵੀ ਅਦਾਲਤ ਵੱਲੋਂ ਸੱਮਣ ਭਜਵਾਉਣਗੇ ਇਸ ਸਿੱਕੇ ਹੋ ਗਿਆ ਕਿ ਇਸ ਵਿਅਕਤੀ ਦੀ ਖਰਾਬ ਡਰਾਈਵਿੰਗ ਕਰਕੇ ਬੱਚਿਆਂ ਨੇ ਆਪਣੀ ਮਾਂ ਤੇ ਪਰਿਵਾਰ ਨੇ ਆਪਣੇ ਇੱਕ ਮੈਂਬਰ ਨੂੰ ਗਵਾ ਦਿੱਤਾ